ਰੱਸੀ ਨੂੰ ਫੜ ਕੇ ਨਹਿਰ ਦੇ ਵਿੱਚ ਤਿੰਨ ਬੱਚੇ ਨਹਾ ਰਹੇ ਹੁੰਦੇ ਨੇ, ਪਰ ਅਚਾਨਕ ਰੱਸੀ ਟੁੱਟ ਜਾਂਦੀ ਹੈ ਤੇ ਇਹ ਤਿੰਨੋਂ ਬੱਚੇ ਨਹਿਰ ਦੇ ਵਿੱਚ ਡੁੱਬ ਜਾਂਦੇ ਨੇ। ਜਿਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾਂਦੀ ਹੈ ਤੇ ਹੁਣ ਦੋ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਨੇ, ਜਦਕਿ ਇੱਕ ਬੱਚਾ ਅਜੇ ਵੀ ਲਾਪਤਾ ਹੈ, ਜਿਸ ਨੂੰ ਲੱਭਣ ਲਈ ਗੋਤਾਖੋਰ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਨੇ। ਦੱਸਣਾ ਬਣਦਾ ਹੈ ਕਿ ਅੰਮ੍ਰਿਤਸਰ ਦੇ ਰਾਜਾ ਸਾਂਸੀ ਨੇੜੇ ਲਾਹੌਰ ਜਾਂਦੀ ਬ੍ਰਾਂਚ ਨਹਿਰ ਦੇ ਵਿੱਚੋਂ ਇਹਨਾਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਨੇ। ਬੀਤੇ ਕੱਲ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਤਿੰਨ ਬੱਚੇ ਨਹਾਉਂਦੇ ਹੋਏ ਲਾਪਤਾ ਹੋ ਗਏ ਸਨ। ਗਰਮੀ ਦੇ ਚਲਦੇ ਇਹ ਬੱਚੇ ਨਹਿਰ ਦੇ ਵਿੱਚ ਨਹਾ ਰਹੇ ਸੀ ਤੇ ਰੱਸੀ ਨੂੰ ਫੜ ਕੇ ਇਹਨਾਂ ਵੱਲੋਂ ਪਾਣੀ ਦੇ ਵਿੱਚ ਡੁੱਬਕੀਆਂ ਲਗਾਈਆਂ ਜਾ ਰਹੀਆਂ ਸਨ, ਪਰ ਅਚਾਨਕ ਹੀ ਰੱਸੀ ਟੁੱਟ ਗਈ ਤੇ ਇਹ ਬੱਚੇ ਵੀ ਪਾਣੀ ਦੇ ਬਹਾਵ ਦੇ ਨਾਲ ਵਹਿ ਗਏ। ਜਿਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਤਿੰਨ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਦੋ ਬੱਚਿਆਂ ਨੂੰ ਲੱਭ ਲਿਆ ਗਿਆ, ਉਹਨਾਂ ਦੀਆਂ ਲਾਸ਼ਾਂ ਮਿਲ ਗਈਆਂ ਨੇ, ਜਦਕਿ ਤੀਸਰਾ ਬੱਚਾ ਅਜੇ ਵੀ ਲਾਪਤਾ ਹੈ, ਜਿਸ ਨੂੰ ਲੱਭਣ ਲਈ ਹੁਣ ਗੋਤਾਖੋਰ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਨੇ। ਪਰ ਦੂਜੇ ਪਾਸੇ ਪਰਿਵਾਰਕ ਮੈਂਬਰ ਜਦੋਂ ਮੌਕੇ ਤੇ ਪਹੁੰਚੇ ਤਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।